ਕੁਰਾਲੀ ਸ਼ਹਿਰ ਦੇ ਵਾਰਡ ਨੰਬਰ 17 ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲਾ ਵਾਸੀ 2 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ, ਜਿਸ ਕਾਰਨ ਮੁਹੱਲਾ ਵਾਸੀਆਂ ਨੇ ਵਾਰਡ ਦੇ MC ਅਤੇ ਨਗਰ ਕੌਂਸਲ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਅਤੇ ਉੱਚ ਅਫਸਰਾਂ ਤੱਕ ਫਰਿਆਦ ਕਰ ਹਾਰਨ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਦਿੱਤਾ ਮੀਡੀਆ ਦਾ ਸਹਾਰਾ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਉਹਨਾਂ ਦੇ ਘਰਾਂ ਗਲੀਆਂ ਵਿੱਚ ਭਰ ਜਾਂਦਾ ਹੈ, ਇਸ ਕਰਕੇ ਉਹਨਾਂ ਨੂੰ ਰੋਜ਼ਾਨਾ ਦੇ ਕੰਮਾਂ ਕਾਰਾਂ ਲਈ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਉਹਨਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਜਾਂ ਫਿਰ ਕਾਲੋਨੀ ਵਿੱਚ ਵੱਡੇ ਕਿਸੇ ਹਾਦਸੇ ਜਾਂ ਵੱਡੀ ਬਿਮਾਰੀ ਦੇ ਫੈਲਣ ਦਾ ਇੰਤਜ਼ਾਰ ਕਰ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਗਲੀਆਂ ਵਿੱਚ ਜਮ੍ਹਾਂ ਹੋਏ ਪਾਣੀ ਬਾਰੇ ਸ਼ਿਕਾਇਤ ਕਰਨ ਤੇ ਨਗਰ ਕੌਂਸਲ ਕਰਮਚਾਰੀ ਸੀਵਰ ਸੰਕਸ਼ਨ ਟੈਂਕਰ ਰਾਹੀਂ ਗਲੀਆਂ 'ਚੋਂ ਪਾਣੀ ਤਾਂ ਕੱਢ ਜਾਂਦੇ, ਦੂਜੇ ਦਿਨ ਪਾਣੀ ਫਿਰ ਗਲੀਆਂ ਵਿੱਚ ਜਮ੍ਹਾਂ ਹੋ ਜਾਂਦਾ, ਜਿਸ ਤੋਂ ਗੰਦੀ ਬਦਬੂ ਮਾਰਦੀ ਰਹਿੰਦੀ, ਜਿਸ ਕਰਕੇ ਮੁਹੱਲੇ 'ਚ ਰਹਿਣਾ ਵੀ ਮੁਹਾਲ ਹੋਇਆ ਪਿਆ ਤੇ ਮੱਛਰ ਮੱਖੀਆਂ ਦਾ ਪਣਪਣਾ ਅਲੱਗ ਤੋਂ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੱਛਰ ਮੱਖੀਆਂ ਅਤੇ ਗੰਦੇ ਪਾਣੀ ਤੋਂ ਮਾਰਦੀ ਬਦਬੂ ਕਾਰਨ ਉਹਨਾਂ ਦਾ ਕੋਈ ਰਿਸ਼ਤੇਦਾਰ ਤੱਕ ਉਹਨਾਂ ਨੂੰ ਮਿਲਣ ਤੋਂ ਕੰਨੀ ਕਤਰਾਉਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਾਲੋਨੀ ਵਾਸੀਆਂ ਨੇ ਇਸ ਸੰਬੰਧੀ ਕਈ ਲਿਖਤੀ ਸ਼ਿਕਾਇਤਾਂ ਨਗਰ ਕੌਂਸਲ, ਵਾਰਡ ਪ੍ਰਧਾਨ ਅਤੇ DC ਮੋਹਾਲੀ ਨੂੰ ਕਿਹੜੇ ਵਾਰਡ ਦੇ ਵਾਸੀ? 97 ਵਾਰਡ ਦੁਖੀ ਰਾਮ ਕਲੋਨੀ ਹੈ ਜੀ। ਖੁਸ਼ੀ ਰਾਮ ਨਹੀਂ, ਹੁਣ ਦੁਖੀ ਰਾਮ ਕਲੋਨੀ ਹੈ ਇਹ। ਅਸੀਂ 2 ਸਾਲ ਤੇ ਅਸੀਂ ਨਰਕ ਭੋਗ ਰਹੇ ਹਾਂ, ਠੀਕ ਹੈ। ਸਾਨੂੰ ਤਾਂ ਬਸ ਇਹੀ ਹੈ, ਮਤਲਬ ਸਾਡਾ ਪਾਣੀ ਦਾ ਕਿਧਰੇ ਵੀ ਇੰਤਜ਼ਾਮ ਕਰੇ, ਕਿਧਰੇ ਇਹਨੂੰ ਵੀ ਕੱਢਣ ਕਮੇਟੀ। ਅਸੀਂ ਤਾਂ ਆਹੀ ਅਰਦਾਸ ਕਰਦੇ ਕਮੇਟੀ ਮੂਹਰੇ ਵੀ ਸਾਡਾ ਪਾਣੀ ਜਿੱਦਣ ਮਰਜ਼ੀ ਕੱਢਣ, ਬਸ ਅਸੀਂ ਤਾਂ ਆਹੀ ਚਾਹੁੰਦੇ। ਹੋਰ ਇਹ ਪਾਣੀ ਖੜਨ ਦੇ ਨਾਲ ਕੀ ਪ੍ਰੋਬਲਮ ਆ ਰਹੀ ਹੈ? ਸਾਡੇ ਤਾਂ ਘਰ ਗਿਰਨੇ ਹੋਏ ਅੰਦਰ, ਸਾਡੇ ਨਿਆਣੇ ਬਿਮਾਰ ਪਏ ਅੰਦਰ ਸਾਡੇ ਤਾਂ। 2 ਸਾਲ ਹੋ ਗਏ ਇਹੀ ਕੰਮ ਕਰਦੇ ਨੂੰ ਸਾਨੂੰ, ਅਸੀਂ ਪਿੱਟ ਪਿੱਟ ਕੇ ਮਰ ਗਏ। ਈਓ ਕੋਲ ਜਾਂਦੇ, ਟੈਂਪਰੇਰੀ ਇੰਜਨ ਚਲਾ ਦਿੰਦੇ, ਇੱਕ ਦਿਨ ਚਲਾਉਂਦੇ, 4 ਦਿਨ ਆਉਂਦੇ ਪਾਣੀ। ਉਹ ਪਾਣੀ ਖੜਾ ਤੁਹਾਡੇ ਸਾਹਮਣੇ ਹੈ, ਕੋਈ ਦਿਖਾਉਣ ਦੀ ਲੋੜ ਨਹੀਂ, ਕਿਸੇ ਨੂੰ ਦੇਖਣ ਦੀ ਲੋੜ ਨਹੀਂ, ਕੋਈ ਨਹੀਂ ਇੱਥੇ ਤੁਹਾਡਾ, ਸਾਡੀ ਸੁਣਵਾਈ ਕੋਈ ਨਹੀਂ ਹੈਗੀ। ਨਾ ਕੋਈ ਇੱਥੇ ਆਉਂਦਾ, ਨਾ ਕੁਛ ਕਰਦਾ, ਨਾ ਕੋਈ ਕਿਸੇ ਦਾ ਕੋਈ ਹੈਗਾ। ਪਾਣੀ ਇਤਨਾ ਖੜਾ ਨਿਕਲਣਾ ਮੁਸ਼ਕਿਲ ਹੈ। ਨਿਆਣੇ ਆਖਿਆ ਵੀ ਹੁਣ ਹੀ ਮੁੰਡਾ ਗਿਰਿਆ ਹੈ ਪਾਣੀ 'ਚ, ਫਿਰ ਪਾਣੀ ਤੋਂ ਨਿਕਲਤੇ ਨਹੀਂ ਹੋਊਗਾ ਕਿਆ? ਇਹ ਪਾਣੀ ਨਾਲ ਕਿਆ ਪ੍ਰੋਬਲਮ ਆ ਰਹੀ ਹੈ? ਔਰ ਬਿਮਾਰੀ, ਮੱਛਰ ਇੰਨੇ ਹੈ, ਸਭ ਘਰ ਮੇ ਨਿਆਣੇ ਬਿਮਾਰ ਹੋ ਜਾਤੇ ਹੈ। ਜਿਹੜਾ ਉਰੇ ਦਾ ਮਹੱਲੇ ਦਾ MC ਹੈ, ਕਿਆ ਤੁਸੀਂ ਉਹਨੂੰ ਸ਼ਿਕਾਇਤ ਕਰੀ ਹੈ ਜੀ? ਬਹੁਤ ਵਾਰੀ ਕਰ ਲਿਆ, ਆਇਆ ਵੀ ਹੈ, ਹੁਣ ਅੰਦਰ ਵੀ ਨਹੀਂ। ਤੇ ਹੁਣ ਕਿਆ ਮੰਗ ਹੈ ਤੁਹਾਡੀ? ਬਸ ਪਾਣੀ ਨਿਕਾਲ ਦੇ, ਹੋਰ ਕਿਆ ਮੰਗ ਕਰ ਸਕਦੇ? ਗਲੀ ਤਾਂ ਬਣਾਈ ਨਹੀਂ, ਅੱਜ 5 ਸਾਲ ਹੋ ਗਏ MC ਦੀ ਵੋਟਾਂ ਨੇ। ਖੜੋ ਤੋਂ ਡੈਵਿਡ ਵਰਮਾ, ਜੀਵੀ ਪੰਜਾਬ ਤੋਂ।